ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀ ਵੀ। ਮੈਂ ਤੁਹਾਡੀ ਹੋਸਟ ਬਲਜਿੰਦਰ ਕੌਰ, ਅਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕੋਵਿਡ-19 ਨੂੰ ਲੈ ਕੇ ਅਸੀਂ ਸਾਰੇ ਜਿਹੜੇ ਫਰੰਟ ਲਾਈਨ 'ਤੇ ਵਰਕਰ ਕੰਮ ਕਰ ਰਹੇ ਨੇ, ਬੇਸ਼ੱਕ ਉਹ ਟਰੱਕਰਸ ਨੇ, ਹੋਸਪਿਟਲਾਂ 'ਚ ਕੰਮ ਕਰਦੇ ਨੇ, ਡਾਕਟਰ, ਨਰਸਿਸ ਆ, ਓਲਡ ਹੋਮ ਆ ਉਹਨਾਂ 'ਚ ਕੰਮ ਕਰਦੇ ਆ, ਗੈਸ ਸਟੇਸ਼ਨ, ਗਰੋਸਰੀ ਸਟੋਰ ਆ, ਸੋ ਕੋਈ ਵੀ ਆ, ਪੁਲਿਸ ਸਟੇਸ਼ਨ ਆ, ਬਾਇਲੋ ਵਾਲੇ ਆ, ਕੋਵਿਡ-19 ਦੀਆਂ ਟੀਮਾਂ ਬਣੀਆਂ। ਸੋ ਤੁਸੀਂ ਦੇਖ ਰਹੇ ਹੋ ਕਿ ਸਾਂਝਾ ਟੀ ਵੀ ਦੀ ਇਹੀ ਕੋਸ਼ਿਸ਼ ਆ ਕਿ ਅਸੀਂ ਅਵੇਅਰਨੈਸ ਲੈ ਕੇ ਆ ਸਕੀਏ, ਲੋਕਾਂ ਨੂੰ ਦੱਸ ਸਕੀਏ ਕਿ ਜਿਹੜੇ ਇਹ ਲੋਕ ਆਪਣਾ ਸਮਾਂ ਛੱਡ ਕੇ, ਇਹਨਾਂ ਦੀਆਂ ਵਕੇਸ਼ਨਸ ਵੀ ਕੈਂਸਲ ਹੋ ਚੁੱਕੀਆਂ, ਓਵਰ ਟਾਈਮ ਲਾ ਰਹੇ ਨੇ, ਵੀਕਐਂਡ ਵੀ ਕੰਮ ਕਰ ਰਹੇ ਨੇ, ਇਹ ਜਿਹੜੀਆਂ ਪੰਜਾਬਣਾ ਸਾਡੀਆਂ ਆਪਣੀਆਂ ਕੁੜੀਆਂ ਕਿਸੇ ਵੀ ਕਮਿਊਨਿਟੀ ਦੀਆਂ ਹੋਣ, ਜਿਹੜੇ ਫਰੰਟ ਲਾਈਨ 'ਤੇ ਕੰਮ ਕਰਦੇ ਆ। ਸੋ ਅਸੀਂ ਸਰੀ ਦੇ ਵਿੱਚ ਸਰੀ ਮੈਮੋਰੀਅਲ ਹੋਸਪਿਟਲ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਸੀ, ਅਤੇ ਸਾਡੇ ਨਾਲ ਥੈਂਕ ਯੂ ਕਰਨਾ ਚਾਹੁੰਦੇ ਹਾਂ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਗਿਆਨੀ ਨਰਿੰਦਰ ਸਿੰਘ ਹੋਣਾ ਦਾ। ਸੋ ਰਲ ਕੇ ਕਮਿਊਨਿਟੀ ਦੇ ਸਾਥ ਦੇ ਨਾਲ ਅਸੀਂ ਸ਼ੁਰੂਆਤ ਕੀਤੀ ਸੀ, ਪਰ ਅੱਜ ਅਸੀਂ ਇੱਕ ਜੂਇਸ਼ ਹੋਮ ਫੋਰ ਦਾ ਏਜਡ ਆ, ਜਿਹੜਾ ਇਹੋ ਲੂਇਸ ਬਰਾਇਰ ਹੋਸਪਿਟਲ 'ਤੇ, ਇੱਥੇ ਸੀਨੀਅਰ ਜਿਹੜੇ ਓਲਡ ਲੋਕ ਆ ਉਹਨਾਂ ਨੂੰ ਵੀ ਰੱਖਿਆ ਜਾਂਦਾ ਹੋਸਪਿਟਲ ਵੀ ਆ। ਤਕਰੀਬਨ 40 ਤੋਂ 45 ਪੰਜਾਬਣ ਕੁੜੀਆਂ ਜਿਹੜੀਆਂ ਇੱਥੇ ਕੰਮ ਕਰਦੀਆਂ ਨੇ। ਸੋ ਇਹਨਾਂ ਕੁੜੀਆਂ ਵੱਲੋਂ ਅਪਰੋਚ ਕੀਤੀ ਗਈ ਕਿ ਤੁਸੀਂ ਸਰੀ ਡੈਲਟਾ ਵੈਂਕੂਵਰ ਹੋਸਪਿਟਲ 'ਚ ਜਾਂਦੇ ਆ, ਇਹ ਜਿਹੜਾ ਹੋਸਪਿਟਲ ਹੈ ਜੂਇਸ਼ ਲੋਕਾਂ ਦਾ ਆ, ਸੋ ਤੁਸੀਂ ਇੱਥੇ ਕਿਉਂ ਨਹੀਂ ਆਉਂਦੇ। ਸੋ ਸਾਨੂੰ ਬੜਾ ਚੰਗਾ ਲੱਗਾ ਕਿ ਇੱਥੇ ਵੀ ਵਿਸਾਖੀ ਆ, ਹੁਣ ਸਾਰੇ ਸੈਲੀਬ੍ਰੇਟ ਕਰਦੇ ਸੀ ਅਸੀਂ ਵਿਸਾਖੀ, ਇਸ ਵਾਰੇ ਸਾਡੀ ਜਿਹੜੀ ਪਰੇਡ ਕੈਂਸਲ ਹੋ ਗਈ ਆ, ਸਾਡੀ ਸੇਫਟੀ ਨੂੰ ਦੇਖਦਿਆਂ ਹੋਇਆਂ, ਔਰ ਇਸ ਤੋਂ ਇਲਾਵਾ ਲੋਕ ਬੜਾ ਲੰਗਰ ਲਾਉਂਦੇ ਨੇ। ਸੋ ਬਹੁਤ ਸਾਰੇ ਲੋਕਾਂ ਨੇ ਅਪਰੋਚ ਕੀਤੀ ਸਾਡੇ ਤੱਕ ਕਿ ਤੁਸੀਂ ਵੱਖ ਵੱਖ ਕਮਿਊਨਿਟੀਆਂ 'ਚ ਇਸ ਇਹਨਾਂ ਨੂੰ ਐਪਰੀਸ਼ੀਏਟ ਕਰੋ, ਇਹਨਾਂ ਦੇ ਲਈ ਲੰਚ ਲੈ ਕੇ ਜਾਓ। ਸੋ ਬਿਗ ਥੈਂਕਸ ਟੂ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਜਿਨ੍ਹਾਂ ਨੇ ਆਪਣੀ ਇਸ ਮੁਹਿੰਮ ਦੇ ਨਾਲ ਸਾਂਝਾ ਟੀ ਵੀ ਨੂੰ ਨਾਲ ਲੈ ਕੇ ਚੱਲ ਰਹੇ ਨੇ। ਸੋ ਸਾਡੀ ਕੋਸ਼ਿਸ਼ ਆ ਮੀਡੀਆ ਦੇ ਰਾਹੀਂ ਤੁਹਾਨੂੰ ਅਵੇਅਰਨੈਸ ਦਈਏ, ਤੁਹਾਨੂੰ ਮੋਟੀਵੇਟ ਕਰੀਏ, ਉਹਨਾਂ ਲੋਕਾਂ ਨੂੰ ਫਰੰਟ ਲਾਈਨ 'ਤੇ ਕੰਮ ਕਰਨ ਵਾਲਿਆਂ ਨੂੰ ਹੌਸਲਾ ਦਈਏ, ਐਪਰੀਸ਼ੀਏਟ ਕਰੀਏ। ਬੇਸ਼ੱਕ ਇਹ ਰੋਜ਼ ਲੰਚ ਡਿਨਰ ਆਪਣੇ ਘਰਾਂ 'ਚ ਵੀ ਕਰਦੇ ਨੇ, ਇੱਥੇ ਵੀ ਪ੍ਰੋਵਾਈਡ ਕੀਤਾ ਜਾਂਦਾ, ਪਰ ਕਮਿਊਨਿਟੀ ਵੱਲੋਂ ਇੱਕ ਟਾਈਮ ਇਹਨਾਂ ਨੂੰ ਲੰਚ ਜਾਂ ਡਿਨਰ ਦੇ ਕੇ ਇਹਨਾਂ ਦੇ ਹੌਸਲੇ ਨੂੰ ਹੋਰ ਕਹਿ ਲਓ ਕਿ ਹੌਸਲਾ ਮਿਲਦਾ, ਇਹਨਾਂ ਨੂੰ ਹੋਰ ਹੌਸਲਾ ਦਿੱਤਾ ਜਾਂਦਾ ਕਿ ਅਸੀਂ ਤੁਹਾਡੇ ਨਾਲ ਹਾਂ, ਕਿਉਂਕਿ ਇਹ ਸਾਡੇ ਲਈ ਕੰਮ ਕਰਦੇ ਆ। ਸੋ ਅੱਜ ਸਾਡੀ ਕੋਸ਼ਿਸ਼ ਹੈ, ਅਸੀਂ ਤੁਹਾਨੂੰ ਇੱਥੇ ਲੈ ਕੇ ਆਏ ਹਾਂ, ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਅਤੇ ਅਸੀਂ ਇੱਥੇ ਦੇ ਸਟਾਫ ਨੂੰ ਵੀ ਮਿਲਦੇ ਹਾਂ। ਸੋ ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਿਹਾ ਕਰੋ ਸਾਂਝਾ ਟੀ ਵੀ, ਅਤੇ ਸਟੇ ਪੋਜ਼ੀਟਿਵ, ਆਪਣੇ ਹੱਥ ਕਲੀਨ ਰੱਖਿਆ ਕਰੋ, ਅਤੇ ਆਪਣੇ ਆਪ ਦਾ ਖਿਆਲ ਰੱਖਿਆ ਕਰੋ। ਸੋ ਗਿਆਨੀ ਨਰਿੰਦਰ ਸਿੰਘ ਜੀ, ਬਹੁਤ ਵਧੀਆ ਉਪਰਾਲਾ ਆ ਜਿਹੜਾ ਤੁਸੀਂ ਸਾਨੂੰ ਵੀ ਨਾਲ ਸੇਵਾ ਦਾ ਮੌਕਾ ਦਿੰਦੇ ਹੋ, ਔਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਵੀ ਇਸ ਸੇਵਾ 'ਚ ਯੋਗਦਾਨ ਪਾ ਰਹੀਆਂ ਨੇ। ਅੱਜ ਅਸੀਂ ਵੈਂਕੂਵਰ 41 'ਤੇ ਆਏ ਹਾਂ, ਕੀ ਕਹਿਣਾ ਚਾਹੋਗੇ ਜੀ ਸੰਗਤਾਂ ਨੂੰ? ਹਾਂਜੀ, ਇੱਥੇ ਆਪਣੀਆਂ ਸਰੀ ਤੋਂ ਕੁੜੀਆਂ ਕੰਮ ਕਰਦੀਆਂ ਜੀ ਹੋਸਪਿਟਲ 'ਚ, ਜੂਸ ਹੋਸਪਿਟਲ ਹੈਗਾ ਵੈਸੇ, ਪ੍ਰਾਈਵੇਟ ਹੋਸਪਿਟਲ ਆ, ਪਰ ਇੱਥੇ ਆਪਣੀਆਂ ਕੁੜੀਆਂ ਚਾਈਨੀਜ਼ ਹੋਰ ਸਾਰੇ ਕੰਮ ਕਰਦੇ ਆ। ਸੋ ਉਹਨਾਂ ਵੱਲੋਂ ਸਾਨੂੰ ਅਪਰੋਚ ਕੀਤੀ ਗਈ ਸੀ ਬਈ ਇੱਥੇ ਵੀ ਜਿਹੜੇ ਫਰੰਟ ਲਾਈਨ 'ਤੇ ਕੰਮ ਕਰਦੇ ਆ, ਇੱਥੇ ਹੋਸਪਿਟਲ ਵੀ ਆ ਅਤੇ ਨਾਲ ਓਲਡ ਏਜ ਹੋਮ ਵੀ ਆ ਵਿੱਚ ਹੀ ਇਹਦੇ, ਬਈ ਇੱਥੇ ਫਰੰਟ ਲਾਈਨ 'ਤੇ ਜਿਹੜੇ ਕੰਮ ਕਰਦੇ ਉਹਨਾਂ ਦਾ ਵੀ ਇੱਕ ਵਾਰੀ ਸਾਨੂੰ ਜ਼ਰੂਰ ਧੰਨਵਾਦ ਕਰਨਾ ਚਾਹੀਦਾ। ਅਤੇ ਸਾਡਾ ਤਾਂ ਮਿਸ਼ਨ ਹੀ ਇਹ ਆ ਜੀ, ਅਸੀਂ ਕਿਸੇ ਵੀ ਜਾਤ ਪਾਤ ਧਰਮ ਤੋਂ ਉੱਚੇ ਉੱਠ ਕੇ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਮਾਨਸਿਕੀ ਜਾਤ ਸਭਾ ਇੱਕ ਹੈ ਪਹਿਚਾਣ ਬੋਧੇ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕਰ ਰਹੇ ਹਾਂ। ਸੋ ਇਹਨਾਂ ਦਿਨਾਂ ਦੇ ਵਿੱਚ ਵੈਸੇ ਵੀ ਆ ਜਿਹੜਾ ਹਫ਼ਤਾ ਚੱਲ ਰਿਹਾ, ਹੁਣ ਵਿਸਾਖੀ ਅਸੀਂ ਸੈਲੀਬ੍ਰੇਟ ਕਰਦੇ ਹਾਂ ਹਰ ਸਾਲ, ਇਸ ਵਾਰੀ ਬੇਸ਼ੱਕ ਅਸੀਂ ਇਕੱਠ ਨਹੀਂ ਕਰ ਸਕਦੇ, ਵਿਸਾਖੀ ਨੂੰ ਹੋਰ ਤਰੀਕੇ ਨਾਲ ਨਹੀਂ ਸੈਲੀਬ੍ਰੇਟ ਕਰ ਸਕਦੇ, ਅਤੇ ਵਿਸਾਖੀ ਨੂੰ ਸੈਲੀਬ੍ਰੇਟ ਕਰਨ ਵਾਸਤੇ ਵੀ ਇਹ ਸਾਡਾ ਇੱਕ ਵਧੀਆ ਹੈਗਾ ਵਾ, ਜੇ ਇਸ ਢੰਗ ਨਾਲ ਆਪਾਂ ਸੈਲੀਬ੍ਰੇਟ ਕਰ ਲਈਏ। ਅੱਜ ਅਸੀਂ ਜਿਹੜੇ ਇਹਨਾਂ ਨੂੰ ਟ੍ਰੇ ਦਿੱਤੀਆਂ ਫੂਡ ਦੀਆਂ, ਉਹਦੇ 'ਤੇ ਬਕਾਇਦਾ ਵਿਸਾਖੀ ਦੀ ਵਧਾਈਆਂ, ਵਿਸਾਖੀ ਦਾ ਮੈਂਸ਼ਨ ਕਰਕੇ ਅਸੀਂ ਉਹਦੇ ਸਟਿੱਕਰ ਲਾ ਕੇ ਬਕਾਇਦਾ ਇਸ ਢੰਗ ਨਾਲ ਕਹਿ ਲਓ ਅਸੀਂ ਵਿਸਾਖੀ ਮਨਾ ਰਹੇ ਹਾਂ। ਅਤੇ ਦੂਸਰਾ ਇਹ ਜਿਹੜਾ ਕੋਵਿਡ-19 ਚੱਲ ਰਿਹਾ ਵਾ, ਜਿਹੜੇ ਫਰੰਟ ਲਾਈਨ 'ਤੇ ਕੰਮ ਕਰਦੇ ਆ, ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਇਹਨਾਂ ਦਾ ਐਪਰੀਸ਼ੀਏਸ਼ਨ ਕਰਦਾ ਸਾਡਾ ਬਣਦਾ ਵਾ, ਕਿਉਂਕਿ ਇਹ ਸੌਖੀ ਘੜੀ ਦੇ ਵਿੱਚ ਜਦੋਂ ਆਪਾਂ ਇੱਕ ਦੂਸਰੇ ਨਾਲ ਹੱਥ ਮਿਲਾਉਣ ਤੋਂ ਡਰਦੇ ਹਾਂ, ਇੱਕ ਦੂਸਰੇ ਨਾਲ ਮਿਲਣ ਤੋਂ ਡਰਦੇ ਹਾਂ, ਆਪਣੇ ਮੈਂ ਅੱਜ ਦੇਖ ਰਿਹਾ ਸੀਗਾ ਲੁਧਿਆਣੇ ਦੇ ਵਿੱਚ ਇੱਕ ਲੇਡੀ ਬਜ਼ੁਰਗ, ਉਹਦੀ ਡੈਥ ਹੋਈ ਆ, ਉਹਦੀ ਫੈਮਿਲੀ ਜਿਹੜੀ ਆ ਉਹ ਕਾਰ ਦੇ ਵਿੱਚ ਬੈਠੀ ਆ, ਉਹਨਾਂ ਨੂੰ ਕਹਿੰਦੇ ਵੀ ਇਹਦੀ ਡੈਥ ਹੋ ਗਈ, ਬੋਡੀ ਲੈ ਜਾਓ, ਉਹ ਬੋਡੀ ਲੈਣ ਲਈ ਉਹਦੇ ਲਈ ਅੱਗੇ ਆਉਣ ਲਈ ਤਿਆਰ ਨਹੀਂ, ਕਿਤੇ ਸਾਨੂੰ ਕਰੋਨਾ ਨਾ ਹੋ ਜਾਏ। ਸੋ ਇਸ ਟਾਈਮ ਦੇ ਵਿੱਚ ਜਿਹੜੀਆਂ ਇਹ ਫਰੰਟ ਲਾਈਨ ਵਰਕਰ ਆ,
ਉਹ ਕੰਮ ਕਰ ਰਿਹਾ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਇਹਨੂੰ ਹੈਗਾ ਜਾਂ ਨਹੀਂ ਹੈਗਾ, ਕਿਸੇ ਨੂੰ ਵੀ ਹੋ ਸਕਦਾ, ਔਰ ਹੌਸਪੀਟਲ ਦੇ ਵਿੱਚ ਉਹ ਕੇਸ ਵੀ ਆ ਰਹੇ ਆ, ਅਤੇ ਉੱਥੇ ਜਿਹੜੇ ਕੰਮ ਕਰ ਰਹੇ ਆ ਸਾਡਾ ਫਰਜ਼ ਬਣਦਾ ਇਹਨਾਂ ਨੂੰ ਉਤਸ਼ਾਹਿਤ ਕਰੀਏ, ਇਹਨਾਂ ਦਾ ਧੰਨਵਾਦ ਕਰੀਏ। ਸੋ ਉਹੀ ਜਿਹੜੀ ਸਾਡੀ ਲਾਈਨ ਚੱਲ ਰਹੀ ਆ ਐਪਰੀਸ਼ੀਏਸ਼ਨ ਵਾਲੀ, ਉਹਦੇ ਤਹਿਤ ਹੀ ਅੱਜ ਅਸੀਂ ਇੱਥੇ ਤਕਰੀਬਨ 125 ਜਿਹੜਾ ਇਹਨਾਂ ਦਾ ਵਰਕਰ ਕੰਮ ਕਰਦਾ ਉਹਨਾਂ ਲਈ ਖਾਣਾ ਲੈ ਕੇ ਆਏ ਹਾਂ ਐਪਰੀਸ਼ੀਏਟ ਕਰਨ ਲਈ ਇਹਨਾਂ ਨੂੰ। ਸੋ ਸਾਰੇ ਸਟਾਫ ਨੇ ਤੁਹਾਡੇ ਸਾਹਮਣੇ ਬਾਹਰ ਆਣ ਕੇ ਬੜਾ ਐਪਰੀਸ਼ੀਏਟ ਕੀਤਾ ਵਾ, ਅਤੇ ਸਾਡਾ ਇਹੀ ਆ ਜਿੱਥੇ ਆਪਾਂ ਸੇਵਾ ਕਰਦੇ ਹਾਂ ਉੱਥੇ ਵਿਸਾਖੀ ਚੱਲ ਰਹੀ ਆ, ਸਾਡੀ ਕਮਿਊਨਿਟੀ ਦਾ ਜਿਹੜਾ ਨਾਮ ਵੀ ਉੱਚਾ ਹੁੰਦਾ ਵਾ, ਤਾਂ ਕਿ ਆਪਾਂ ਇੱਕ ਦੂਸਰੇ ਦੇ ਨਾਲ ਰਲ ਕੇ ਰਹਿਣ ਦਾ ਜਿਹੜਾ ਸਾਡਾ ਕੌਨਸੈਪਟ ਆ, ਜਾਂ ਇੱਕ ਦੂਸਰੇ ਦੀ ਹੈਲਪ ਕਰਨ ਦਾ ਔਖੇ ਸਮੇਂ ਦੇ ਵਿੱਚ, ਜਾਤ ਪਾਤ ਤੋਂ ਉੱਚੇ ਉੱਠ ਕੇ ਆਪਾਂ ਜਿਹੜੇ ਇੱਕ ਦੂਸਰੇ ਦੀ ਸਹਾਇਤਾ ਕਰਦੇ ਹਾਂ, ਉਹਦੇ ਅਧੀਨ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ। ਔਰ ਇਹਦੇ ਨਾਲ ਨਾਲ ਸਾਂਝਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਆ, ਔਰ ਨਾਲ ਨਾਲ ਜਿਹੜੀਆਂ ਸੰਗਤਾਂ ਸਾਡੇ ਨਾਲ ਪੂਰੀ ਵਲੰਟੀਅਰ ਹੈਲਪ ਕਰ ਰਹੇ ਆ, ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦਾ। ਸਾਡੇ ਵਲੰਟੀਅਰ ਜਿਹੜੇ ਘਰ ਘਰ ਜਾ ਕੇ ਗਰੋਸਰੀ ਪਹੁੰਚਾ ਰਹੇ ਆ, ਘਰ ਘਰ ਜਾ ਕੇ ਖਾਣਾ ਪਹੁੰਚਾ ਰਹੇ ਆ, ਜਦੋਂ ਇੱਕ ਦੂਸਰੇ ਨੂੰ ਮਿਲਣ ਤੋਂ ਆਪਾਂ ਡਰਦੇ ਹਾਂ, ਮੈਨੂੰ ਲੱਗਦਾ ਵੀ ਸਾਡੇ ਵਲੰਟੀਅਰ ਵੀ ਅੱਜ ਫਰੰਟ ਲਾਈਨ 'ਤੇ ਹੀ ਕੰਮ ਕਰ ਰਹੇ ਆ, ਔਰ ਉਹ ਵੀ ਇਹਨਾਂ ਫਰੰਟ ਲਾਈਨ ਵਰਕਰਾਂ ਦੇ ਵਿੱਚ ਆ, ਔਰ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਅਤੇ ਸਾਡੇ ਕੋਲ ਵਲੰਟੀਅਰ ਦੀ ਲਾਈਨ ਜਿਹੜੀ ਆ ਉਹ ਮੁੱਕਦੀ ਨਹੀਂ, ਸਾਨੂੰ ਜਿੰਨੇ ਵਲੰਟੀਅਰ ਚਾਹੀਦੇ ਹੁੰਦੇ ਆ ਉਦੋਂ ਤੋਂ 10 ਵਾਧੂ ਖੜ੍ਹੇ ਹੁੰਦੇ ਆ। ਸੋ ਸਾਡੀ ਕਮਿਊਨਿਟੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਐਸਾ ਇਹ ਇੱਕ ਸੇਵਾ ਦਾ ਕੌਨਸੈਪਟ ਦਿੱਤਾ ਹੋਇਆ, ਅਸੀਂ ਸੇਵਾ ਤੋਂ ਪਿੱਛੇ ਨਹੀਂ ਹਟਦੇ। ਬਹੁਤ ਲੋਕ ਆ ਜਿਹੜੀ ਆਪਣੀ ਜਾਨ 'ਤੇ ਖੇਲ ਕੇ ਵੀ ਇਹ ਸੇਵਾ ਨਿਭਾਉਂਦੇ ਆ, ਔਰ ਉਹਨਾਂ ਦੇ ਵਿੱਚੋਂ ਅੱਜ ਸਾਡੇ ਜਿਹੜੇ ਫਰੰਟ ਲਾਈਨ 'ਤੇ ਵਲੰਟੀਅਰ ਕੰਮ ਕਰਦੇ ਆ ਉਹਨਾਂ ਦਾ ਵੀ ਉਹੀ ਰੁਤਬਾ ਵਾ। ਸੋ ਮੈਂ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ, ਅਤੇ ਤੁਹਾਡਾ ਭੈਣ ਜੀ ਬਹੁਤ ਧੰਨਵਾਦ ਆ, ਅਤੇ ਤੁਸੀਂ ਇਸ ਔਖੇ ਸਮੇਂ ਦੇ ਵਿੱਚ ਵੀ ਜਦੋਂ ਹਰ ਇੱਕ ਬੰਦਾ ਕਹਿੰਦਾ ਵੀ ਬਾਹਰ ਨਾ ਨਿਕਲੋ ਅੰਦਰ ਬੈਠੋ, ਪਰ ਤੁਸੀਂ ਕਮਿਊਨਿਟੀ ਤੱਕ ਇਹ ਜਾਗਰਤੀ ਪਹੁੰਚਾ ਰਹੇ ਹਾਂ ਔਰ ਕਮਿਊਨਿਟੀ ਤੱਕ ਆਪਣੀ ਗੱਲ ਪਹੁੰਚਾ ਰਹੇ ਹਾਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। The usual reminder is always cleaning your hands with soap and water. If not, if you have alcohol-based hand sanitizer, it's good enough. Rub your hands really well, rinse it with water, and then wipe with paper towel. Use that same paper towel to put off the tap. And then avoid touching your eyes, your nose, your mouth, because COVID is through contact and droplet. So be safe, everyone, and just wash your hands really well. And maintain social distancing within 2 meters. Thank you very much. Thank you so much. Thank you. ਸੋ ਮੇਰੇ ਨਾਲ ਇਸ ਵਕਤ ਹਰਜਿੰਦਰ ਜੀ ਨੇ ਜਿਹੜੇ ਇਸ ਸੀਨੀਅਰ ਹੋਮ 'ਚ ਹੋਸਪਿਟਲ 'ਚ ਕੰਮ ਕਰਦੇ ਨੇ, ਇਹਨਾਂ ਦੇ ਨਾਲ ਗੱਲ ਕਰਦੇ ਆ। ਹਾਂਜੀ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜਿੰਦਰ ਜੀ, ਕਦੋਂ ਤੋਂ ਤੁਸੀਂ ਇੱਥੇ ਕੰਮ ਕਰਦੇ ਆ ਜੀ? ਹਾਂਜੀ, ਆ ਮੈਂ ਸ਼ੁਰੂ ਕੀਤਾ ਸੀ 2008। ਸੋ 10 ਸਾਲ ਹੋ ਗਏ ਤੁਹਾਨੂੰ? 10 ਸਾਲ ਹੋ ਗਏ। ਹਾਂਜੀ। ਸੋ ਇਹ ਜਿੱਦਾਂ ਤੁਸੀਂ ਇੱਥੇ ਕਿੰਨੀਆਂ ਕੁ ਪੰਜਾਬੀ ਕੁੜੀਆਂ ਕੰਮ ਕਰਦੇ? ਇੱਥੇ ਅਸੀਂ ਆਈ ਥਿੰਕ 40-45 ਪੰਜਾਬਣਾ ਕੰਮ ਕਰਦੇ। ਪੰਜਾਬੀ ਕੰਮ। ਹਾਂਜੀ। ਤੇ ਤੁਹਾਨੂੰ ਕਿਵੇਂ ਲੱਗਾ ਜਦੋਂ ਬਾਕੀ ਹਸਪੀਟਲਾਂ 'ਚ ਜਾਂਦੇ ਸੀ ਫਰੰਟ ਲਾਈਨ 'ਤੇ, ਅਤੇ ਤੁਹਾਨੂੰ COVID-19 ਦੇ ਕਰਕੇ ਐਕਸਟਰਾ ਕੰਮ ਵੀ ਕਰਨਾ ਪੈ ਰਿਹਾ ਹੁਣ? ਹਾਂਜੀ, ਸਾਨੂੰ ਛੁੱਟੀ ਨਹੀਂ ਮਿਲਦੀ ਹੈਗੀ, ਆਲਰੇਡੀ ਸਾਰਿਆਂ ਦੇ ਕੈਂਸਲ ਹੋ ਗਏ। ਸੋ ਉਹਨਾਂ ਨੂੰ ਸਾਡੀ ਜ਼ਰੂਰਤ ਹੈ, ਅਸੀਂ ਸਾਰਿਆਂ ਨੂੰ ਚਾਹੁੰਦੇ ਹਾਂ ਵੀ ਆਪਣੇ ਘਰਾਂ ਦੇ ਵਿੱਚ ਸੇਫ ਰਹਿਣ ਅਤੇ ਖੁਸ਼ ਰਹਿਣ, ਪਰਮਾਤਮਾ ਉਹਨਾਂ ਦੀਆਂ ਲੰਬੀਆਂ ਲੰਬੀਆਂ ਉਮਰ ਕਰਨ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੰਨੀ ਔਖੀ ਘੜੀ 'ਚ ਲੋਕ ਡਰਦੇ ਘਰਾਂ 'ਚ ਬੈਠੇ ਆ, ਅਤੇ ਤੁਹਾਡੀਆਂ ਛੁੱਟੀਆਂ ਵੀ ਕੈਂਸਲ ਹੋ ਗਈਆਂ, ਸੋ ਜਦੋਂ ਤੁਸੀਂ ਇੱਥੇ ਆਉਂਦੇ ਆ ਅਤੇ ਆਮ ਕਮਿਊਨਿਟੀ ਨੂੰ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਸਾਨੂੰ ਡਰ ਲੱਗਦਾ ਜਦੋਂ ਅਸੀਂ ਆਉਂਦੇ ਹਾਂ, ਪਰ ਇਹਨਾਂ ਨੂੰ ਸਾਡੀ ਲੋੜ ਆ। ਸੋ ਜੇ ਅਸੀਂ ਘਰ ਬੈਠ ਕੇ ਕੰਮ ਕਿਹਨਾਂ ਨੇ ਕਰਨਾ ਆ? ਲਾਈਕ ਸਾਰੇ ਜੇ ਡਰ ਕੇ ਅੰਦਰ ਬੈਠ ਗਏ, ਸੋ ਕਿਸੇ ਨੇ ਤਾਂ ਫਰੰਟ 'ਤੇ ਆਉਣਾ ਹੀ ਆ, ਕੰਮ ਕਰਨਾ ਹੀ ਆ। ਸੋ ਸਾਰੇ ਇੱਥੇ ਆਉਂਦੇ ਆ, ਸੋ ਜੂਇਸ਼ ਕਮਿਊਨਿਟੀ ਹੈਗੀ ਆ, ਅਤੇ ਜਦੋਂ ਬਾਹਰੋਂ ਫੂਡ ਨਹੀਂ ਲਿਆ ਸਕਦੇ, ਪਰ ਜਦੋਂ ਮੈਂ ਇਹਨਾਂ ਨੂੰ ਦੱਸਿਆ ਵੀ ਬਾਕੀ ਹੋਸਪਿਟਲ ਸਾਰਿਆਂ ਦੀ ਅਪਰੀਸ਼ੀਏਟ ਕਰਦੇ ਆ ਸਾਡਾ ਗੁਰਦੁਆਰਾ ਸਾਹਿਬ ਵਾਲੇ, ਅਤੇ ਸਾਡੇ ਲੰਗਰ ਜਿੱਦਾਂ ਵਿਸਾਖੀ ਦਾ ਮੇਲਾ ਲੱਗਦਾ, ਅਤੇ ਬੜਾ ਖੁਸ਼ ਹੋਇਆ ਜਿਹੜਾ CEO ਸਾਡਾ ਡੇਵਿਡ ਆ, ਉਹ ਮੈਨੂੰ ਕਹਿੰਦਾ ਵੀ ਇਟਸ ਵੈਰੀ ਨਾਈਸ। ਸੋ ਸਾਰੇ ਹੁਣ ਆਏ ਸੀ, ਤੁਸੀਂ ਦੇਖਿਆ ਸਾਰੇ ਬਾਹਰ ਆਏ, ਥੈਂਕ ਯੂ ਕਰਨ। ਸੋ ਦੇ ਆਰ ਰੀਅਲੀ ਹੈਪੀ ਟੂ ਸੀ ਦੈਟ ਵੀ ਪੰਜਾਬੀ ਕਮਿਊਨਿਟੀ ਆਪਣੀ ਅੱਗੇ ਹੋ ਕੇ ਕੰਮ ਕਰਦੀ ਆ, ਵੋਲੰਟੀਅਰ ਕਰਦੇ ਆ। ਸੋ ਇਟਸ ਵੈਰੀ ਨਾਈਸ। ਔਰ ਕੀ ਤੁਸੀਂ ਕਮਿਊਨਿਟੀ ਨੂੰ ਕੀ ਮੈਸੇਜ ਆਮ ਸਾਡੇ ਜਿਹੜੇ ਘਰਾਂ 'ਚ ਲੋਕ ਬੈਠੇ ਨੇ? ਲੋਕ ਡਰਦੇ ਆ, ਲੋਕ ਡਰਦੇ, ਆਈ ਨੋ ਡਰਨਾ ਚਾਹੀਦਾ ਬਿਕੋਜ਼ ਇਟਸ ਨਾਟ ਈਜ਼ੀ, ਪਰ ਆਈ ਥਿੰਕ ਜੇ ਤੁਸੀਂ ਕਰ ਸਕਦੇ ਆ, ਵਾਈ ਨਾਟ ਜਸਟ ਕਮ ਆਊਟ ਐਂਡ ਹੈਲਪ, ਜਿੰਨਾ ਵੀ ਕਰ ਸਕਦੇ ਆ। ਸੋ ਡਰਨ ਦੀ ਤਾਂ ਲੋੜ ਨਹੀਂ ਹੈਗੀ, ਜਸਟ ਸਟੇ ਸੇਫ, ਦੈਟਸ ਆਲ। ਔਰ ਗਲਵਸ ਤੇ ਤੁਹਾਨੂੰ ਗਲਵਸ ਸਾਰਾ ਇੱਥੋਂ ਪ੍ਰੋਪਰ ਐਵਰੀਥਿੰਗ ਹਾਂਜੀ, ਵੀ ਕਰ ਐਵਰੀਥਿੰਗ। ਥੈਂਕ ਯੂ ਹਰਜਿੰਦਰ ਜੀ, ਤੁਹਾਡਾ ਥੈਂਕ ਯੂ ਸੋ ਮੱਚ ਫॉर ਕਮਿੰਗ। ਥੈਂਕ ਯੂ ਬਾਜੀ, ਥੈਂਕ ਯੂ ਸੋ ਮੱਚ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮੱਚ।
Sikar, everybody. Thank you so much. Shukriya. You're welcome. Yes, it's very much appreciated. You guys are amazing. Thank you. Arvinder Kang ji, tusi volunteer de taur te ajj itthe pahunche ho, ki kehna chahunde ho ji? ਹਾਂਜੀ, ਅਸੀਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਵੀ ਸਾਨੂੰ ਪਰਮਾਤਮਾ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਆਹੀ ਟਾਈਮ ਹੈ ਦੁੱਖ ਦੀ ਘੜੀ 'ਚ ਹਰੇਕ ਬੰਦੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ। ਸੋ ਬਹੁਤ ਬਹੁਤ ਧੰਨਵਾਦ ਸਾਂਝਾ ਟੀ ਵੀ ਦਾ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ, ਜਿਹੜੇ ਕਿ ਅਸੀਂ ਤਾਂ ਵਲੰਟੀਅਰ ਵਰਕ ਕਰਦੇ ਹਾਂ ਪਰ ਕਿਸੇ ਬੰਦੇ ਨੂੰ ਤਾਂ ਗਿਆਨੀ ਜੀ ਨੂੰ ਮੂਹਰੇ ਲੱਗਣਾ ਪੈਂਦਾ। ਸੋ ਇਹ ਨਿਸ਼ਕਾਮ ਸੇਵਾ ਤਾਂ ਇਸ ਹੋਸਪਿਟਲ ਦਾ ਹਰਜਿੰਦਰ ਜੀ ਨੇ ਦੱਸਿਆ ਵੀ ਇੱਥੇ ਆਪਣੀਆਂ ਕੁੜੀਆਂ 30-35 ਕੰਮ ਕਰਦੀਆਂ, ਫਿਰ ਇੱਥੇ ਅਸੀਂ ਪਹੁੰਚੇ ਨਹੀਂ ਸੀ ਅੱਜ, ਫਿਰ ਇੱਥੇ ਅਸੀਂ ਹੁਣ ਲੰਗਰ ਖਾਣਾ ਡਿਲੀਵਰ ਕਰਨ ਆਏ ਸੀਗੇ। ਸਾਰਾ ਵੈਜੀਟੇਰੀਅਨ ਹੁੰਦਾ ਜੀ ਅਤੇ ਪੂਰੇ ਹੈਪੀ ਹੋਇਆ ਸਾਰਾ ਸਟਾਫ। ਸੋ ਇਹਦੇ ਨਾਲ ਆਪਣੀ ਸਿੱਖ ਕਮਿਊਨਿਟੀ ਦਾ ਹੋਰ ਨਾਂ ਉੱਚਾ ਹੁੰਦਾ, ਕਿਉਂਕਿ ਵਿਸਾਖੀ ਤਾਂ ਆਪਾਂ ਐਤਕੀ ਪਰੇਡ ਤਾਂ ਹੋਣੀ ਨਹੀਂ, ਜਿਹੜੇ ਲੰਗਰ ਆਪਾਂ ਉੱਥੇ ਸਟਾਲਾਂ ਲਾਉਣੀਆਂ ਸੀ। ਸੋ ਅਸੀਂ ਚਾਹੁੰਦੇ ਹਾਂ ਵੀ ਹਰੇਕ ਕਮਿਊਨਿਟੀ ਦੇ ਨਾਲ ਸ਼ੇਅਰ ਕੀਤਾ ਜਾਵੇ। ਸੋ ਬਹੁਤ ਖੁਸ਼ੀ ਹੁੰਦੀ ਹੈ, ਮਨ ਨੂੰ ਸਕੂਨ ਮਿਲਦਾ ਸੇਵਾ ਕਰਕੇ। ਪਰ ਆਪਦੇ ਅਸੀਂ ਗਲਵਸ, ਮਾਸਕ, ਸੈਨੇਟਾਈਜ਼ਰ, ਆਪਦੇ ਪੂਰੀ ਪ੍ਰੋਪਰ ਆਪਦੀ ਸੇਫਟੀ ਲੈ ਕੇ ਕੰਮ ਕਰ ਰਹੇ ਹਾਂ ਜੀ। ਕੋਈ ਇੱਦਾਂ ਨਹੀਂ ਵੀ ਕਿਸੇ ਤੋਂ ਵੀ ਕੋਈ ਅਣਗਹਿਲੀ ਹੋ ਜੂਗੀ। ਸੋ ਸਾਰਿਆਂ ਨੂੰ ਆਪਾਂ ਨੂੰ ਵੀ ਇਹੀ ਹੈ ਵੀ ਪਰਹੇਜ਼ ਹੀ ਹੈ ਇਹਦਾ, ਅਤੇ ਇਲਾਜ ਤਾਂ ਕੋਈ ਹੈ ਨਹੀਂ। ਅਤੇ ਤੁਸੀਂ ਜਿੱਦਾਂ ਤੁਹਾਡੀ ਟੀਮ ਹੈ, ਤੁਸੀਂ ਹਰੇਕ ਜਗ੍ਹਾ ਕਿੰਨੇ ਬੰਦਿਆਂ ਨੂੰ ਮਿਲਦੇ ਆ, ਡਿਸਟੈਂਸ ਬਣਾ ਕੇ ਰੱਖੋ, ਹੱਥ ਵਾਰ ਵਾਰ ਧੋ, ਸੈਨੇਟਾਈਜ਼ਰ ਕਰੋ, ਮਾਸਕ ਲਾ ਕੇ ਰੱਖੋ। ਇਹੀ ਆਪਾਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਸੇਫ ਹੈ ਤਾਂ ਤੁਹਾਡੇ ਬੱਚੇ ਸੇਫ ਹੈ, ਤਾਂ ਆਪਾਂ ਨੂੰ ਗਾਂਹ ਵੀ ਹੋਰ ਸੇਵਾ ਕਰਨ ਦਾ ਮੌਕਾ ਪਰਮਾਤਮਾ ਇਹੋ ਜਿਹੀ ਘੜੀ ਕਿਸੇ 'ਤੇ ਨਾ ਆਵੇ, ਸਾਰੇ ਦੇਸ਼ ਸੁਖੀ ਵਸਣ। ਸੋ ਮੇਰਾ ਤਾਂ ਇੰਨਾ ਹੀ ਕਹਿਣਾ ਜੀ, ਬਾਕੀ ਪਰਮਾਤਮਾ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਤੁਸੀਂ ਦੇਖਿਆ ਕਿ ਅੱਜ ਅਸੀਂ ਇੱਥੇ 41st 'ਤੇ ਆਏ ਸੀ, ਜਿਹੜਾ ਲੂਈਸ ਬਰਾਇਰ ਹੋਮ ਐਂਡ ਹੋਸਪਿਟਲ ਹੈ ਜਿੱਥੇ ਏਜਡ ਲੋਕਾਂ ਨੂੰ ਰੱਖਿਆ ਜਾਂਦਾ ਆ। ਔਰ ਇੱਥੇ ਤਕਰੀਬਨ 35-40 ਜਿਹੜੀਆਂ ਪੰਜਾਬਣ ਕੁੜੀਆਂ ਵੀ ਕੰਮ ਕਰਦੀਆਂ ਨੇ, ਸਲਾਮ ਆ ਉਹਨਾਂ ਨੂੰ ਵੀ, ਜਿਹੜੀਆਂ ਪਰਿਵਾਰਾਂ ਦੇ ਵਿੱਚੋਂ ਵੀ ਟਾਈਮ ਕੱਢ ਕੇ ਓਵਰ ਟਾਈਮ ਲਾ ਕੇ ਵੀ ਇੱਥੇ ਇਹਨਾਂ ਲੋਕਾਂ ਦੀ ਸੇਵਾ ਕਰ ਰਹੀਆਂ ਨੇ। ਟੋਟਲ 125 ਇੰਪਲੋਈਜ਼ ਜਿਹੜੇ ਇੱਥੇ ਕੰਮ ਕਰਦੇ ਆ। ਸੋ ਅਸੀਂ ਸਾਰੇ ਹੀ ਫਰੰਟ ਲਾਈਨ 'ਤੇ ਕੰਮ ਕਰਨ ਵਾਲਿਆਂ ਨੂੰ ਸਲੂਟ ਕਰਦੇ ਹਾਂ, ਜਿਹੜੇ ਇਸ ਸਮੇਂ ਦੇ ਵਿੱਚ ਵੀ ਅੱਗੇ ਵੱਧ ਕੇ ਕੰਮ ਕਰ ਰਹੇ ਨੇ। ਸੋ ਛੋਟੀ ਜੀ ਕੋਸ਼ਿਸ਼ ਸੀ ਜੀ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਨਰਿੰਦਰ ਸਿੰਘ ਹੁਣਾਂ ਵੱਲੋਂ ਔਰ ਇਸ ਦੇ ਨਾਲ ਨਾਲ ਸਾਂਝਾ ਟੀ ਵੀ। ਸੋ ਉਮੀਦ ਹੈ ਜੀ ਤੁਸੀਂ ਇਸੇ ਤਰ੍ਹਾਂ ਹੀ ਕਮਿਊਨਿਟੀ ਜਿਨ੍ਹਾਂ ਨੇ ਇਸ ਦਸਵੰਧ ਦੇ ਵਿੱਚ ਆਪਣਾ ਦਸਵੰਧ ਕੱਢਿਆ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਹਾਂ। ਸੋ ਯੂ ਗਾਈਜ਼ ਕੀਪ ਵਾਚਿੰਗ ਟੀ ਵੀ। ਮੈਂ ਬਲਜਿੰਦਰ ਕੌਰ ਵੈਂਕੂਵਰ ਤੋਂ ਕੈਮਰਾਮੈਨ ਜੱਸੀ ਦੇ ਨਾਲ, ਸਤਿ ਸ਼੍ਰੀ ਅਕਾਲ ਜੀ।